ਸ਼੍ਰੀ ਅਕਾਲ ਜੀ, ਮੈਂ ਹਰਸ਼ਮੀਤ ਕੰਗ ਅਤੇ ਅੱਜ ਅਸੀਂ ਕੈਰੀ ਓਨ ਜੱਟਾ 2 ਦੇ ਸੈੱਟ 'ਤੇ ਹਾਂ ਜੀ। ਪਹਿਲਾ ਦਿਨ ਆ, ਪੂਰੇ ਐਕਸਾਈਟਿਡ ਆ, ਸਾਰੀ ਟੀਮ ਪੂਰੀ ਐਕਸਾਈਟਿਡ ਹੈ। 5 ਸਾਲ ਬਾਅਦ ਅਸੀਂ ਸੈਕਿੰਡ ਪਾਰਟ ਬਣਾ ਰਹੇ ਹਾਂ ਜੀ, ਇਸ ਉਮੀਦ ਦੇ ਨਾਲ ਕਿ ਜਿਵੇਂ ਪਹਿਲੇ ਪਾਰਟ ਨੂੰ ਤੁਸੀਂ ਪਿਆਰ ਦਿੱਤਾ ਸੀਗਾ, ਉਵੇਂ ਇਸ ਪਾਰਟ ਨੂੰ ਵੀ ਤੁਸੀਂ ਓਨਾ ਹੀ ਪਿਆਰ ਦਿਓ, ਤਾਂ ਜੋ ਅਸੀਂ ਤੀਜੇ ਪਾਰਟ ਬਾਰੇ ਸੋਚ ਸਕੀਏ। ਸੋ ਪੂਰੀ ਐਕਸਾਈਟਮੈਂਟ ਨਾਲ ਫਿਲਮ ਸ਼ੁਰੂ ਕਰ ਰਹੇ ਹਾਂ ਜੀ, ਇਸ ਉਮੀਦ 'ਤੇ ਕਿ ਫਿਲਮ ਤੁਹਾਨੂੰ ਪਸੰਦ ਆਊ। ਫਸਟ ਵੀ ਲਿਖੀ ਸੀ ਅਤੇ ਸੈਕਿੰਡ ਵੀ ਇਹਨਾਂ ਨੇ ਲਿਖੀ ਹੈ, ਬਾਹਰ ਕੁਮਾਰ ਗਏ ਲੋਕੀ ਦਾ ਸਾਡਾ ਸੁਤੰਤਰਾ, ਅਤੇ ਬਹੁਤ ਹੀ ਵਧੀਆ ਫਿਲਮ ਬਣ ਜਾ ਰਹੀ ਹੈ ਅਤੇ ਆਈ ਐਮ ਵੈਰੀ ਐਕਸਾਈਟਡ, ਕਿਉਂਕਿ ਅੱਜ ਫਸਟ ਡੇ ਹੈ ਜੀ, ਸ਼ੂਟ ਦਾ ਮਹੂਰਤ ਹੋਇਆ ਅੱਜ, ਅਤੇ ਵਾਹਿਗੁਰੂ ਕਿਰਪਾ ਕਰ, ਬਹੁਤ ਸੋਹਣੀ ਮੂਵੀ ਹੈ। ਤੁਹਾਨੂੰ ਕੈਰੀ ਓਨ ਜੱਟਾ ਫਸਟ ਨਾਲੋਂ ਵੀ ਬਹੁਤ ਜ਼ਿਆਦਾ ਵਧੀਆ ਮੂਵੀ ਲੱਗੀ ਹੈ, ਬਹੁਤ ਕਮਾਲ ਬਣ ਰਹੀ ਹੈ ਅਤੇ ਬਹੁਤ ਵਧੀਆ ਸਕ੍ਰਿਪਟ ਹੈ, ਬਹੁਤ ਮਿਹਨਤ ਕੀਤੀ ਹੈ ਨਰੇਸ਼ ਕਤੂਰੀਆ ਨੇ, ਆਪਣੇ ਸਟੀਵ ਕੰਗ ਵੀਰ ਉਹਨਾਂ ਨੇ, ਸਾਰੇ ਕਿਉਂਕਿ ਵੀਰ ਨੇ ਸਾਰੇ ਭਰਾ ਵਿੱਚ ਨੇ ਜੀ, ਅਤੇ ਤੁਹਾਨੂੰ ਦੇਖਣ ਨੂੰ ਜਦੋਂ ਤੁਸੀਂ ਦੇਖੋਗੇ ਬਹੁਤ ਮਜ਼ਾ ਆਊਗਾ। ਸਾਨੂੰ 5 ਸਾਲ ਲੱਗ ਹੀ ਰਹੀਗੇ ਬਣਾਉਣ ਲਈ, ਕਿ 5 ਸਾਲ ਇਹੀ ਸੋਚੀਏ ਕਿ ਪਹਿਲੀ ਤੋਂ ਬਾਅਦ ਦੂਜੀ ਉਦੋਂ ਬਣਾਵਾਂਗੇ ਜਦੋਂ ਡਬਲ ਫਿਲਮ ਅਤੇ ਫੋਨ ਦੇ ਲਾਈਕ ਹੋਊਗਾ। ਤਾਂ ਉਮੀਦ ਹੈ ਕਿ ਐਤਕੀ ਜਿੰਨਾ ਫਨ 'ਚ ਫਨ ਸੀਗਾ ਉਸ ਤੋਂ ਸੈਕਿੰਡ ਟਾਈਮ ਪਰ 2 ਟਾਈਮ ਜ਼ਿਆਦਾ ਫਨ ਹੋਏਗਾ। ਵੈਸੇ ਵੀ ਕਹਿੰਦੇ ਇੱਕ ਤੋਂ ਬੜੇ 2 ਕੈਰੀ ਜੱਟਾ ਸੀ, ਅਤੇ ਵੈਸੇ ਵੀ ਐਤਕੀ ਇਸ ਵਾਰ ਜਦੋਂ ਗੱਲ ਚੱਲ ਰਹੀ ਸੀ ਕੈਰੀ ਓਨ ਜੱਟਾ ਦੀ ਵੀ, ਕਹਿੰਦੇ ਉਦੋਂ ਬਣਾਵਾਂਗੇ, ਇਹ ਕਹਿੰਦੇ ਸਿਨ ਵਿੱਚ ਕੁਰਸੀਆਂ ਤੋਂ ਲੋਕ ਖੜ੍ਹੇ ਹੋ ਕੇ ਹੱਸਣਗੇ। ਮੈਂ ਕਿਹਾ ਫਿਰ ਕਿੱਦਾਂ ਕਰੀਏ, ਇਹ ਕਹਿੰਦਾ ਫਿਰ ਹੁਣ ਆਪਾਂ ਸਿਨੇਮੇ ਘਰਾਂ ਨਾਲ ਗੱਲ ਚੱਲਦੀ ਹੈ ਵੀ ਕੁਰਸੀਆਂ ਚੁਕਵਾਈ ਦੀ ਸ਼ਾਇਦ ਵੀ ਖੜ੍ਹੇ ਹੋ ਕੇ ਦੇਖਣ ਸਾਰੇ ਤੋਂ। ਸੋ ਗੋਡ ਬਲੈਸ ਯੂ, ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾ 'ਚ ਰੱਖਣ, ਬਹੁਤ ਵਧੀਆ ਕੀਪ ਸਪੋਰਟਿੰਗ ਪੰਜਾਬੀ ਸਿਨੇਮਾ। ਕੈਰੀ ਓਨ ਜੱਟਾ ਤੁਹਾਡੇ ਵਾਸਤੇ ਲੈ ਕੇ ਆ ਰਿਹਾ 1 ਜੂਨ 2018। ਕੱਟੂ ਸਮਝੀਏ ਉਸਕੇ ਫੇਸ ਤੇ ਵਾਲਾ ਇੱਕ ਸਰ, ਪਹਿਲਾ ਦਿਨ ਹੈ ਸ਼ੂਟ ਦਾ, ਆਈ ਐਮ ਸੁਪਰ ਐਕਸਾਈਟਿਡ, ਮੈਨੂੰ ਹਮੇਸ਼ਾ ਬਹੁਤ ਜ਼ਿਆਦਾ ਮਜ਼ਾ ਆਉਂਦਾ ਟੂ ਵਰਕ ਓਪਨਿੰਗ ਗ੍ਰੇਟ ਕੋਸਟਾਰ, ਮੇਰੇ ਪਹਿਲੀ ਵਾਰ ਹੈ ਸੁਨੀਤ ਦੇ ਨਾਲ, ਆਈ ਐਮ ਲੁਕਿੰਗ ਫੋਰਵਰਡ ਟੂ ਹਿਸ ਡਿਰੈਕਸ਼ਨ ਐਂਡ ਵਰਕਿੰਗ ਅੰਡਰ ਹਿਮ। ਔਰ ਵਾਈਟ ਹਿਲ ਦੇ ਨਾਲ ਮੈਂ ਪਹਿਲਾਂ ਵੀ ਕਾਫੀ ਫਿਲਮਾਂ ਕੀਤੀਆਂ ਹੋਈਆਂ, ਦੇ ਆਰ ਦ ਵਨ ਟੂ ਯੂ ਨੋ ਲਾਂਚ ਇਨ ਪੰਜਾਬ, ਸੋ ਇਟਸ ਆਲਵੇਜ਼ ਅ ਪਲੇਜ਼ਰ ਵਰਕਿੰਗ ਵਿਦ ਹਿਮ। ਅਤੇ ਕੈਰੀ ਓਨ ਜੱਟਾ ਤੋਂ ਆਈ ਥਿੰਕ ਲੋਕਾਂ ਦੀ ਬਹੁਤ ਜ਼ਿਆਦਾ ਐਕਸਪੈਕਟੇਸ਼ਨ ਰਿਹਾ, ਪਰਸਨਲੀ ਮੇਰੀ ਵਨ ਆਫ ਦ ਆਲ ਟਾਈਮ ਫੇਵਰੇਟ ਕੌਮੀ ਫਿਲਮ ਤੋਂ ਵਿੱਚ ਆ। ਔਰ ਜਦੋਂ ਮੈਂ ਸਕ੍ਰਿਪਟ ਸੁਣੀ ਆਈ ਫੈਲਟ ਕਿ ਇਹਦੇ 'ਚੋਂ 1 ਦੇ ਨਾਲੋਂ ਜ਼ਿਆਦਾ ਫਨ ਹੋਊਗਾ, ਸੋ ਆਈ ਐਮ ਰੀਲੀ ਲੁਕਿੰਗ ਫੋਰਵਰਡ ਟੂ ਇਟ, ਆਈ ਐਮ ਵੈਰੀ ਐਕਸਾਈਟਡ ਐਂਡ ਸੋ ਹੈਪੀ ਟੂ ਬੀ ਪਾਰਟ ਆਫ ਦਿਸ ਫਿਲਮ। ਆਈ ਕਾਂਟ ਵੇਟ ਫੋਰ ਯੂ ਗਾਈਜ਼ ਟੂ ਸੀ ਇਟ। ਬਹੁਤ ਖੁਸ਼ੀ ਹੈ ਕਿ ਲੋਕਾਂ ਦੀ ਇੱਕ ਬੜੀ ਹਾਈ ਡਿਮਾਂਡ ਦੇ ਉੱਤੇ, ਔਰ ਲੋਕ ਵੇਟ ਕਰ ਰਹੇ ਸੀ, ਅੱਜ ਟਾਈਮ ਜ਼ਿਆਦਾ ਲੱਗ ਗਿਆ, ਪਰ ਕੈਰੀ ਓਨ ਜੱਟਾ 2 ਸ਼ੁਰੂ ਹੋਈ, ਅੱਜ ਫਸਟ ਡੇ ਆ ਮੇਰਾ, ਆਈ ਐਮ ਸੋ ਐਕਸਾਈਟਡ, ਕਿਉਂਕਿ ਜਿਹੜੀ ਚੀਜ਼ ਨੇ ਜੜ੍ਹਾਂ ਲਾਈਆਂ ਹੋਣ ਪੰਜਾਬੀ ਕਾਮੇਡੀ ਦੀਆਂ, ਉਹਦੇ ਉੱਤੇ ਦੁਬਾਰਾ ਕੰਮ ਕਰਕੇ ਤੁਹਾਨੂੰ ਬਹੁਤ ਮਜ਼ਾ ਆਉਂਦਾ। ਸੋ ਸਾਡੀ ਸਟਾਰ ਕਾਸਟ ਜਿਹੜੀ ਹੈ, ਸਾਡਾ ਯੂਨਿਟ ਸਾਰਾ ਬੜਾ ਐਕਸਾਈਟਡ ਹੈ, ਕੈਰੀ ਓਨ ਜੱਟਾ 2 ਲੋਕ ਉਮੀਦ ਕਰ ਰਹੇ ਸੀ, ਆਪਾਂ ਉਹਨਾਂ ਨੂੰ ਦੇਣ ਜਾ ਰਹੇ ਹਾਂ। ਔਰ ਆਈ ਐਮ ਸ਼ੋਰ ਕਿ ਜਿਹੜਾ ਕੈਰੀ ਓਨ ਜੱਟਾ 2 ਦੀ ਜਿਹੜੀ ਸਟੋਰੀ ਲਾਈਨ ਹੈ ਔਰ ਜਿਸ ਤਰ੍ਹਾਂ ਡਾਇਲੋਗ ਲਿਖੇ ਗਏ ਨੇ, ਇਹ ਪਹਿਲੀ ਨਾਲ ਹੀ ਮੈਨੂੰ ਲੱਗਦਾ ਕਿ ਘੱਟੋ ਘੱਟ 3 ਗੁਣਾ ਜ਼ਿਆਦਾ ਲੋਕ ਇੰਜੋਏ ਕਰਨਗੇ ਇਹਨੂੰ। ਬਹੁਤ ਕਮਾਲ ਦੀ ਮੂਵੀ ਬਣ ਰਹੀ ਹੈ ਜੀ, ਔਰ ਵੇਟ ਕਰੋ, ਕੈਰੀ ਓਨ ਜੱਟਾ 2 ਬਹੁਤ ਜਲਦੀ ਤੁਹਾਡੇ ਸਾਹਮਣੇ ਹੋਏਗੀ। ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਪੀਐਨ ਸ਼ਰਮਾ, ਅੱਜ ਪਹਿਲਾ ਦਿਨ ਹੈ ਜੀ ਇੱਥੇ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੈਰੀ ਓਨ ਜੱਟਾ ਜਿਹੜੀ ਪਹਿਲਾਂ ਬਣੀ ਸੀਗੀ ਉਹ ਲੋਕਾਂ ਨੇ ਬਹੁਤ ਪਸੰਦ ਕੀਤੀ ਸੀਗੀ, ਤੁਸੀਂ ਸਾਰਿਆਂ ਨੇ ਬਹੁਤ ਉਹਨੂੰ ਦਿਲੋਂ ਪਿਆਰ ਕੀਤਾ ਹੈ। ਇਹ ਉਹਦਾ ਸੀਕੁਅਲ ਹੈ, ਇਸ ਕੈਰੀ ਓਨ ਜੱਟਾ 2 ਬਣ ਰਹੀ ਹੈ, ਸ਼ਾਇਦ 3 ਵੀ ਬਣਾਉਣਗੇ ਔਰ 4 ਵੀ ਬਣਾਉਣਗੇ, ਬਸ ਤੁਹਾਡੇ ਪਿਆਰ ਦੀ ਲੋੜ ਹੈ। ਥੈਂਕ ਯੂ ਵੈਰੀ ਮੱਚ।
ਤੁਹਾਡੀ ਇੰਟਰੋਡਕਸ਼ਨ ਹੈ, ਤੁਸੀਂ ਰਹਿੰਦੇ ਭਾਅ ਜੀ ਸੈਕਿੰਡ ਫਲੋਰ, ਕਿਹਨਾਂ ਇਸ ਘਰ ਦੇ ਫੈਮਲੀ ਰਹਿੰਦੀ ਫਸਟ ਫਲੋਰ, ਗਰਾਊਂਡ ਫਲੋਰ ਬਣਾਇਆ ਹੋਇਆ ਕਿ ਮੇਰੇ ਮੁੰਡੇ ਦਾ ਵਿਆਹ ਹੋਊਗਾ ਤਾਂ ਬਹੂ ਦੇ ਨਾਲ ਹੋ ਰਹੂਗਾ, ਠੀਕ ਹੈ ਜੀ। ਮਾਇਆ ਤੁਹਾਡਾ ਆਪਣਾ ਹਰਬੀਤ ਸੰਘਾ, ਜਿਹੜਾ ਕੋਈ ਨਾ ਕੋਈ ਪਾਉਂਦਾ ਪੰਗਾ, ਤੇ ਹੁਣ ਅਸੀਂ ਲੈ ਕੇ ਆਏ ਇੱਕ ਬਹੁਤ ਹੀ ਵਧੀਆ ਪ੍ਰੋਜੈਕਟ ਚੰਗਾ, ਤੇ ਇਹ ਪ੍ਰੋਡਕਸ਼ਨ ਕਿਹਦੀ ਆ? ਵਾਈਟ ਹਿਲ ਪ੍ਰੋਡਕਸ਼ਨ, ਤੇ ਫਿਲਮ ਦਾ ਨਾਮ ਕੀ ਆ? ਕੈਰੀ ਔਨ ਜੱਟਾ 2। ਆ ਗਏ ਹਮ, ਆ ਗਏ ਤੋ ਵਾਪਸ, ਕੱਲ ਕਹਾਂ ਤੇ ਕੱਲ ਸ਼ੂਟ ਵੀ ਰਹੀ ਸੀ, ਪਤਾ ਨਹੀਂ ਆਪ ਸੇ ਪੁੱਛਿਆ ਗਿਆ ਕੱਲ ਕਿਸ ਕੇ ਸ਼ੂਟ ਪੇ ਥੇ। ਅੰਗਰੇਜ਼ ਨਹੀਂ ਆਉਣਾ ਚਾਹੀਏ ਕੋਈ ਸੈੱਟ ਪੇ ਦੇਖਣਾ, ਜ਼ਰਾ ਬਾਹਰ ਸੇ ਕੋਈ ਗੋਰੇ ਲੋਕ ਨਾ ਆ ਜਾਏ ਕਹੀਂ। ਮੈਂ ਕੁਐਸਚਨ ਪੁੱਛਿਆ ਪਹਿਲਾਂ ਹੀ, ਮੈਂ ਸਰ ਉਸ ਟਾਈਮ ਤੇ ਜਦੋਂ ਮੈਨੂੰ ਸੱਦਿਆ ਗਿਆ। ਅਜੇ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਸ਼ਮੀਪ ਕੰਗ ਭਾਅ ਜੀ ਨੇ ਪਤਾ ਕਿ ਹਾਸਿਆਂ ਦੇ ਬਾਦਸ਼ਾਹ ਨੇ ਬਾਬਾ, ਇਹ ਇਕੱਠੇ ਨਹੀਂ ਹੁੰਦੇ ਫਿਲਮ ਇੰਡਸਟਰੀ ਦੇ। ਕਿੱਪੀ ਭਾਅ ਜੀ, ਗੁਰਪ੍ਰੀਤ ਘੁੱਗੀ ਭਾਅ ਜੀ, ਜਸਵਿੰਦਰ ਭੱਲਾ ਜੀ, ਪੀਨੂ ਢਿੱਲੋ, ਸਾਰੇ ਇਕੱਠੇ। ਹਾਂ ਸਾਡੀ ਸੋਹਣੀ ਸੋਨਮ ਬਾਜਵਾ, ਮੈਨੂੰ ਵੀ ਫਿਲਮ 'ਚ ਰੋਲ ਮਿਲਿਆ ਛੋਟਾ ਜਿਹਾ, ਸੋਨਮ ਦਾ ਚਾਚਾ ਬਣਿਆ ਮੈਂ। ਸੁਣ ਲਓ ਮੇਰੀ ਗੱਲ, ਅਸੀਂ ਇਸ ਵੇਲੇ ਮੋਹਾਲੀ 'ਚ, ਠੀਕ ਹੈ, ਔਰ ਕੈਰੀ ਔਨ ਜੱਟਾ 2 ਦੀ ਸ਼ੂਟਿੰਗ ਹੋ ਗਈ ਹੈ ਸ਼ੁਰੂ, ਅਤੇ ਸਾਨੂੰ ਨਿਰਵਿਘਨ ਕਰਨ ਦਿਓ ਕੰਮ ਪੂਰਾ ਆਪਦਾ, ਕਿਉਂਕਿ ਨਰੇਸ਼ ਕਥੂਰੀਆ ਭਾਅ ਜੀ ਲਿਖ ਲਿਖ ਕੇ ਦੇ ਰਹੇ ਨੇ ਸਾਨੂੰ ਡਾਇਲੋਗਸ। ਆਪ ਜੀ ਨੂੰ ਹਾਜ਼ਰ ਨਾ ਦੇ ਜਾਣ ਕੇ ਪਾਤਸ਼ਾਹ ਜੀ, ਕੀਤਾ ਲੋੜੀ ਹੈ ਕੰਮ ਤੋਂ ਹਰ ਪਿਆ ਕੀ ਹੈ, ਕਰ ਦਿੰਦੇ ਸਵਾਰ ਸਤਿਗੁਰ ਸਾਹਿਬ ਸਾਖੇ ਦੇ ਮਹਾਂਪੁਰਖਾਂ ਨੂੰ ਸਾਰ ਆਪ ਜੀ ਦਾ ਸਾਰ ਦੇ ਵਿਦਵਾਨ, ਵਾਈਟ ਹਿੱਲ ਕੰਪਨੀ ਦੇ ਓਨਰ ਭਾਈ ਸਾਹਿਬ ਭਾਈ ਮਨਮੋਹਨ ਸੰਧੂ, ਮਨਮੋਹਨ ਸੰਧੂ ਦੇ ਗੁਰਬੀਰ ਸੰਧੂ, ਅਤੇ ਕੈਰੀ ਔਨ ਜੱਟਾ ਭਾਗ 2 ਦੇ ਸਫਲਤਾਵਾਂ ਦੇ ਲਈ ਨਿਰਦੇਸ਼ ਸਮੀਪ ਕੰਗ ਵੱਲੋਂ ਇਕੱਤਰ ਹੋ ਕਰਕੇ ਆਪ ਜੀ ਦੇ ਚਰਨਾਂ ਚ ਅਰਦਾਸਾਂ ਬੇਨਤੀਆਂ, ਪਾਤਸ਼ਾਹ ਜੀ ਕਿਰਪਾ ਕਰਨ ਲਈ ਸੇਵਕਾਂ ਨੂੰ ਕਾਰਜ ਪ੍ਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ, ਸਾਰੇ ਕਾਰਜਾਂ ਦੇ ਵਿੱਚ ਆਪ ਹੀ ਅੰਗ ਸੰਗ ਸਹਾਈ ਹੋਣਾ, ਸਾਰੇ ਕਾਰਜ ਨਿਰਵਿਘਨਤਾ ਸਰ ਸੰਪੂਰਨ ਕਰਾਉਣੇ, ਅਸੀਂ ਕਿਰਪਾ ਕਰਨੀ ਦੀ ਸੁੱਖ ਹੋਵੇ, ਨਾਮ ਜਿੱਤੇ ਆਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਲੋਇਕਾ ਤੁਹਾਨੂੰ ਹੈ ਆ ਬੇਟਾ ਭਾਈ ਮਾਰਵਲ ਪੜੋ ਜੀ ਕੋਲ ਟੂ ਬਾਈ ਵਨ ਟੇਕ ਵਨ ਐਕਸ਼ਨ ਪਲੀਜ਼।